ਪਾਠਕ ਕਈ ਕਿਸਮ ਦੇ ਹੁੰਦੇ ਹਨ ਇੱਕ ਉਹ ਹੁੰਦੇ ਹਨ ਜਿਨ੍ਹਾਂ ਨੂੰ ਪੜਨਾ ਪੈਂਦਾ ਹੈ ਸੰਖੇਪ ਲਿਖਣ ਵਾਸਤੇ ਜਾਂ ਖਬਰ ਬਣਾਉਣ ਵਾਸਤੇ ਇਹ ਪੁਸਤਕ ਦੇ ਕੁਝ ਪੰਨੇ ਹੀ ਪੜਦੇ ਹਨ ਕਈ ਇਸ ਲਈ ਪੜਦੇ ਹਨ ਕਿ ਦੱਸ ਸਕਣ ਕਿ ਮੈਂ ਇਹ ਪੁਸਤਕ ਪੜੀ ਹੋਈ ਹੈ ਪਰ ਅਸਲ 'ਚ ਉਹਨਾਂ ਨੇ ਪੜੀ ਨਹੀਂ ਹੁੰਦੀ ਪੁਸਤਕ ਦੇ ਕੁਝ ਵਰਕੇ ਹੀ ਉਲਟਾਈ ਹੁੰਦੇ ਹਨ ਪੜਨ ਦੀ ਚਲਾਕੀ ਵਰਤੀ ਹੁੰਦੀ ਹੈ ਕਈ ਥੋੜੀ ਜੀ ਪੁਸਤਕ ਪੜਦੇ ਆ ਤੇ ਸੋਚਦੇ ਆ ਧਿਆਨ ਨਾਲ ਪੜਨ ਯੋਗ ਹੈ ਪੂਰੀ ਪੜਨ ਲਈ ਨੇੜੇ ਹੀ ਰੱਖ ਲੈਂਦੇ ਆ ਪਰ ਪੜਦੇ ਨਹੀਂ ਕਈ ਕੇਵਲ رائے ਦੇਣ ਲਈ ਪੜਦੇ ਹਨ ਕਈ ਸਵਾਦ ਲਈ ਪੜਦੇ ਹਨ ਕੁਝ ਗਿਆਨ ਲਈ ਪੜਦੇ ਹਨ ਕੁਝ ਵੇਲਾ ਸਮਾਂ ਗੁਜ਼ਾਰਨ ਲਈ ਵਿੱਚੋਂ ਵਿੱਚੋਂ ਪੜਦੇ ਹਨ ਕਈ ਹਰ ਪੈਰੇ ਦੀ ਕੇਵਲ ਪਹਿਲੀ ਲਾਈਨ ਪੜਦੇ ਹਨ ਕਈ ਸੋਚਦੇ ਹਨ ਜਦੋਂ ਕਦੀ ਯਾਤਰਾ ਤੇ ਜਾਵਾਂਗੇ ਵੇਲ ਦੌਰਾਨ ਪੜਾਂਗੇ ਪਰ ਇਹ ਵੇਲ ਕਦੇ ਨਹੀਂ ਨਿਕਲਦੀ ਕਈ ਪੜਨ ਲਈ ਕਿਤਾਬ ਮੰਗ ਲੈਂਦੇ ਹਨ ਪਰ ਨਾ ਪੜਦੇ ਹਨ ਨਾ ਕਿਤਾਬ ਮੋੜਦੇ ਹਨ ਤੇ ਭੁੱਲ ਹੀ ਜਾਂਦੇ ਹਨ ਕਿ ਕਿਤਾਬ ਪੜਨ ਲਈ ਹੈ ਕੁਝ ਪੜ ਕੇ ਲੇਖਕ ਨੂੰ ਮਿਲਣ ਦਾ ਯਤਨ ਕਰਦੇ ਹਨ ਤੇ ਉਸ ਤੋਂ ਧੰਨਵਾਦ ਤੇ ਪ੍ਰਸ਼ੰਸਾ ਦੀ ਆਸ ਕਰਦੇ ਹਨ ਕਈ ਪੁਸਤਕ ਪੜ ਕੇ ਉਹਦੇ ਲੇਖਕ ਨਾਲੋਂ ਵੀ ਵੱਧ ਪ੍ਰਸਿੱਧ ਹੋਣਾ ਚਾਹੁੰਦੇ ਹਨ ਕੁਝ ਆਪ ਪੜਦੇ ਹਨ ਹੋਰਾਂ ਨੂੰ ਵੀ ਪੜਨ ਲਈ ਕਹਿੰਦੇ ਹਨ ਤੇ ਪੜਨ ਲਈ ਉਹ ਆਪਣੀ ਖਰੀਦੀ ਕਿਤਾਬ ਵੀ ਦੇ ਦਿੰਦੇ ਹਨ ਤੁਸੀਂ ਕਿਸ ਕਿਸਮ ਦੇ ਪਾਠਕ ਹੋ ਧੰਨਵਾਦ